ਹੈਲੋ ਐਂਡ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੇ ਸਾਡਾ ਪੰਜਾਬ ਦੇ 13ਵੇਂ ਲੈਕਚਰ ਦੇ ਵਿੱਚ ਦੋਸਤੋ 13ਵਾਂ ਲੈਕਚਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਅਸੀਂ ਸ਼ੁਰੂਆਤ ਕਰ ਚੁੱਕੇ ਹਾਂ ਦੋਸਤੋ ਮੀਡੀਵਲ ਹਿਸਟਰੀ ਆਫ ਪੰਜਾਬ ਦੀ ਇਹ ਚੌਥਾ ਚੈਪਟਰ ਹੈ ਅਤੇ ਅਸੀਂ ਪਹਿਲੇ ਚੈਪਟਰ ਦੇ ਵਿੱਚ ਕੱਲ ਅਸੀਂ ਹਿੰਦੂ ਸ਼ਾਹੀ ਕਿੰਗਡਮ ਬਾਰੇ ਪੜਿਆ ਅਤੇ ਦੋਸਤੋ ਇਸ ਤੋਂ ਇਲਾਵਾ ਅਸੀਂ ਦਿੱਲੀ ਦੀਆਂ ਸਲਤਨਤ ਦੇ ਟਾਈਮ ਪੀਰੀਅਡ ਦੇ ਦੇ ਟਾਈਮ ਪੀਰੀਅਡ ਦੇ ਪੰਜਾਬ ਦੇ ਵਿੱਚ ਹੋਈਆਂ ਜੋ ਗਤੀਵਿਧੀਆਂ ਨੇ ਉਹਨਾਂ ਬਾਰੇ ਅਸੀਂ ਡਿਟੇਲ ਦੇ ਵਿੱਚ ਚਰਚਾ ਕੀਤੀ ਤਾਂ ਅੱਜ ਦੋਸਤੋ ਅਸੀਂ ਗੱਲ ਕਰਾਂਗੇ ਮੁਗਲ ਡਾਇਨਸਟੀ ਦੀ ਜਿਸ ਦੀ ਸ਼ੁਰੂਆਤ ਪਹਿਲੀ ਪਾਣੀਪਤ ਦੀ ਲੜਾਈ ਤੋਂ ਹੁੰਦੀ ਹੈ ਜਦੋਂ ਦੋਸਤੋ ਜੋ ਬਾਬਰ ਹੈ ਉਹ ਲੋਧੀ ਡਾਇਨਸਟੀ ਦੇ ਆਖਰੀ ਕਿੰਗ ਇਬਰਾਹਿਮ ਲੋਧੀ ਨੂੰ ਹਰਾ ਕੇ ਜੋ ਹੈ ਦਿੱਲੀ ਸਲਤਨਤ ਦੇ ਉੱਪਰ ਆਪਣਾ ਕਬਜ਼ਾ ਕਰ ਲੈਂਦਾ ਹੈ لیکن ਇਹ ਗੱਲ ਤਾਂ 1526 ਦੀ ਹੈ لیکن دوستو ਉਸ ਤੋਂ ਪਹਿਲਾਂ ਵੀ ਅਸੀਂ ਵੇਖਦੇ ਹਾਂ ਕਿ ਜੋ ਬਾਬਰ ਹੈ 1526 ਤੋਂ ਵੀ ਪਹਿਲਾਂ ਪੰਜਾਬ ਦੇ ਉੱਪਰ ਕਈ ਸਾਰੇ ਹਮਲੇ ਜੋ ਹੈ ਉਹ ਕਰ ਚੁੱਕਿਆ ਸੀ ਅਤੇ 1526 ਦੇ ਹਮਲੇ ਦੇ ਵਿੱਚ ਉਸ ਨੇ ਦਿੱਲੀ ਸਲਤਨਤ ਨੂੰ ਖਤਮ ਕਰ ਦਿੱਤਾ ਅਤੇ ਮੁਗਲ ਵੰਸ਼ ਦੀ ਸਥਾਪਨਾ ਇੱਥੇ ਕਰ ਦਿੱਤੀ دوستو ਇਸ ਟਾਈਮ ਪੀਰੀਅਡ ਤੇ ਅਸੀਂ ਵੇਖਦੇ ਹਾਂ ਬਾਬਰ ਦੇ ਟਾਈਮ ਪੀਰੀਅਡ ਤੇ ਜੋ ਜੋ ਦੋਸਤੋ ਬਾਬਰ ਐਂਡ ਲਾਹੌਰ ਜੋ ਹੈ ਲਾਹੌਰ ਦੀ ਆਪਣੀ ਇਹੀ ਜੋ ਹੈ ਬਹੁਤ ਜ਼ਿਆਦਾ ਇੰਪੋਰਟੈਂਸੀ ਕਿਉਂਕਿ ਇਹਦਾ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਵੀ ਸੀ ਕਿ ਦੋਸਤੋ ਜੋ ਲਾਹੌਰ ਹੈ ਕਿਉਂਕਿ ਇਹ ਲੋਕ ਇਹ ਜੋ ਮੁਗਲਸ ਨੇ afghan ਤੋਂ ਦੋਸਤੋ ਆਏ iran ਤੋਂ ਆਏ ਕੁਝ ਲੋਕ ਤਾਂ ਲਾਹੌਰ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਸੀ ਅਤੇ ਇਸ ਕਰਕੇ ਲਾਹੌਰ ਦੇ ਉੱਪਰ ਆਪਣਾ ਕੰਟਰੋਲ ਕਰਨਾ ਜਾਂ ਫਿਰ ਇਨ੍ਹਾਂ ਦੀ ਫੈਮਿਲੀ ਦੇ ਵਿੱਚੋਂ ਜੇ ਕੋਈ ਯਾ ਫਿਰ ਇਵਨ ਸੈਂਟਰਲ ਏਸ਼ੀਆ ਦੇ ਉੱਪਰ ਜੇ ਕੋਈ ਹਮਲਾ ਦਿੱਲੀ ਦੇ ਉੱਪਰ ਜਾਂ ਮੁਗਲ ਦੇ ਉੱਪਰ ਕਰਦਾ ਹੈ ਉਸ ਨੂੰ ਲਾਹੌਰ ਦੇ ਵਿੱਚ ਹੀ ਰੋਕ ਲੈਣਾ ਉਸ ਕਰਕੇ ਜੋ ਹੈ ਲਾਹੌਰ ਦੀ ਜੋ ਜੀਓਗ੍ਰਾਫੀਕਲ ਸਿਚੁਏਸ਼ਨ ਹੈ ਬਹੁਤ ਜ਼ਿਆਦਾ ਬਾਤ ਜਾਂਦੀ ਹੈ ਇਵਨ ਜੋ ਅਕਬਰ ਦੇ ਟਾਈਮ ਪੀਰੀਅਡ ਅਤੇ ਇਵਨ ਅਕਬਰ ਤੋਂ ਵੀ ਬਾਅਦ ਅਸੀਂ ਵੇਖਦੇ ਹਾਂ 1712 ਤੱਕ ਮਤਲਬ ਇਹ ਅਸੀਂ ਚੱਪਰ ਚਿੜੀ ਦੀ ਜੰਗ ਲਗਭਗ ਜੋ 1710 ਦੇ ਵਿੱਚ ਹੁੰਦੀ ਹੈ ਤਾਂ ਅਸੀਂ ਉਸ ਟਾਈਮ ਪੀਰੀਅਡ ਦੇਖਦੇ ਹਾਂ ਕਿ ਆਗਰਾ ਅਤੇ ਦਿੱਲੀ ਦੇ ਨਾਲ-ਨਾਲ ਲਾਹੌਰ ਦੀ ਆਪਣੀ ਇੱਕ ਇੰਪੋਰਟੈਂਸ ਸੀ ਅਤੇ ਇਸ ਨੂੰ ਮੁਗਲ ਸਲਤਨਤਾਂ ਦੀਆਂ ਤਿੰਨ ਕੈਪੀਟਲਸ ਦੇ ਵਿੱਚੋਂ ਵੀ ਇੱਕ ਜਾਣਿਆ ਜਾਂਦਾ ਸੀ ਇੱਥੇ ਖਾਸ ਗੱਲ ਇਹ ਹੈ ਕਿ ਲਾਹੌਰ ਅੱਜ ਪਾਕਿਸਤਾਨ ਦੇ ਵਿੱਚ ਜ਼ਰੂਰ ਹੈ ਲੇਕਿਨ ਦੋਸਤੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਤੋਂ ਲੈ ਕੇ 1947 ਜਦੋਂ ਤੱਕ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਤਾਂ ਪੰਜਾਬ ਦੀ ਜੋ ਰਾਜਧਾਨੀ ਹੈ ਉਹ ਆਫੀਸ਼ੀਅਲ ਤੌਰ ਤੇ ਲਾਹੌਰ ਹੀ ਰਹੀ ਈਵਨ ਤੁਹਾਨੂੰ ਸਭ ਨੂੰ ਪਤਾ ਵੀ ਹੋਏਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੋ ਰਾਜਧਾਨਾ ਕਿਉਂਕਿ ਕੈਪੀਟਲ ਲਾਹੌਰ ਸੀ ਅਤੇ ਦੋਸਤੋ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਲਾਹੌਰ ਨੂੰ ਜਿੱਤ ਲਿਆ ਸੀ ਤਾਂ ਉਹਨਾਂ ਨੇ ਆਪਣੇ ਰਾਜ ਦਾ ਨਾਮ ਵੀ ਜੋ ਹੈ ਲਾਹੌਰ ਸੂਬਾ ਮਤਲਬ ਲਾਹੌਰ ਦੇ ਨਾਮ ਤੋਂ ਹੀ ਉਹ ਰੱਖਿਆ ਇਸ ਤੇ ਲਾਹੌਰ ਦੀ ਆਪਣੀ ਇੰਪੋਰਟੈਂਸ ਰਹੀ ਹੈ ਅਤੇ ਅਸੀਂ ਦੇਖਦੇ ਹਾਂ ਕਿ ਦੋਸਤੋ ਇਬਰਾਹਿਮ ਲੋਧੀ ਦੀ ਹਾਰ ਤੋਂ ਬਾਅਦ ਜੋ ਹੈ ਪੰਜਾਬ ਜੋ ਹੈ ਮੁਗਲ ਦੇ ਕੰਟਰੋਲ ਦੇ ਵਿੱਚ ਹੈ ਆ ਚੁੱਕਿਆ ਸੀ ਇਸ ਟਾਈਮ ਪੀਰੀਅਡ ਦੇ ਉੱਪਰ ਦੇਖੀਏ ਕਈ ਸਾਰੀਆਂ ਸਮਾਜਿਕ ਕੁਰਿਤੀਆਂ ਜਾਂ ਬਹੁਤ ਵੱਡੇ ਸਤਰ ਤੱਕ ਵਹਿਮ ਭਰਮ ਸਾਡੀ ਸੋਸਾਇਟੀ ਦੇ ਵਿੱਚ ਆ ਚੁੱਕੇ ਸੀ ਅਤੇ ਇੱਥੇ ਅਸੀਂ ਵੇਖਦੇ ਹਾਂ ਗੁਰੂ ਨਾਨਕ ਦੇਵ ਜੀ ਵਰਗੇ ਜਾਂ ਦੋਸਤੋ ਇੱਕ ਜੋ ਲਹਿਰ ਸਿੱਖ ਧਰਮ ਦੀ ਜੋ ਲਹਿਰ ਹੈ ਇੱਥੋਂ ਸ਼ੁਰੂਆਤ ਹੁੰਦੀ ਹੈ ਤਾਂ ਬਾਬਰ ਦੇ ਕੰਟੈਂਪੋਰੀ ਤੁਸੀਂ ਦੇਖੋ ਜਦੋਂ ਬਾਬਰ ਪਾਣੀਪਤ ਦੀ ਲੜਾਈ ਕਰਨ ਜੋ ਆਉਂਦਾ ਹੈ ਭਾਰਤ ਦੇ ਵਿੱਚ ਉਸ ਟਾਈਮ ਪੀਰੀਅਡ ਤੱਕ ਆਪਣੀਆਂ ਉਦਾਸੀਆਂ ਪੂਰੀਆਂ ਕਰਕੇ ਗੁਰੂ ਨਾਨਕ ਦੇਵ ਜੀ ਕੁਰਤਾਰਪੁਰ ਵਿਖੇ ਰਿਹਾ ਕਰਦੇ ਸੀ ਜਿੱਥੇ ਉਹਨਾਂ ਨੇ ਆਪਣੀ ਲਾਈਫ ਦੇ ਅਕੀਰਲੇ 18 ਸਾਲ ਬਤਾਏ ਸਨ ਤਾਂ ਦੋਸਤੋ ਇੱਥੇ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਅਤੇ ਹੋਰ ਕਈ ਸਾਰੇ ਗੁਰੂਆਂ ਦੀ ਪੀਰਾਂ ਦੀ ਕਰਕੇ ਇਸ ਟਾਈਮ ਪੀਰੀਅਡ ਤੇ ਪੰਜਾਬ ਦੇ ਵਿੱਚ ਇੱਕ ਸਮਾਜਿਕ ਸੁਧਾਰ ਦੀ ਲਹਿਰ ਵੀ ਚੱਲਦੀ ਰਹੀ ਤਾਂ ਇੱਥੇ ਇਸ ਤੋਂ ਬਾਅਦ ਸਾਨੂੰ ਵੇਖਣਾ ਪਏਗਾ ਦੇ ਵਰ ਡੂਇੰਗ ਥੇਅਰ ਬੈਸਟ ਟੂ ਪੈਚ ਅਪ ਦਾ ਡਿਫਰੈਂਸ ਬੀਟਵੀਨ ਹਿੰਦੂ ਐਂਡ ਮੁਸਲਿਮਸ ਤਾਂ 1530 ਦੇ ਵਿੱਚ ਬਾਬਰ ਦਾ ਲੜਕਾ ਹਮਾਇੂ ਆਇਆ ਲੇਕਿਨ ਹਮਾਯੂ ਦਾ ਜੋ ਲੜਕਾ ਹੈ ਦੋਸਤੋ ਮੁਗਲਸ ਦਾ ਜੋ ਅਗਲਾ ਵਾਰਿਸ ਹੈ ਇਹ 10 ਸਾਲ ਤੱਕ ਇਸ ਨੇ ਆਪਣਾ ਐਡਮਿਨਿਸਟ੍ਰੇਸ਼ਨ ਜ਼ਰੂਰ ਚਲਾਇਆ ਲੇਕਿਨ ਸ਼ੇਰ ਸ਼ਾ ਸੂਰੀ ਤੋਂ ਇਹ 1540 ਦੇ ਵਿੱਚ ਹਾਰ ਕੇ ਇਹ ਵਾਪਸ ਜੋ ਹੈ ਚਲਾ ਗਿਆ ਸੀ ਤਾਂ ਇਸ ਟਾਈਮ ਪੀਰੀਅਡ ਦੇ ਉੱਪਰ ਅਸੀਂ ਵੇਖਦੇ ਹਾਂ ਗੁਰੂ ਅੰਗਦ ਦੇਵ ਜੀ ਆਏ ਤਾਂ ਕਈ ਸਾਰੇ ਸਮਾਜਿਕ ਜੋ ਜੋ ਸਾਡੇ ਦੋਸਤੋ ਜੋ ਤਾਨਾ ਬਾਨਾ ਹੈ ਉਸ ਨੂੰ ਇੰਪਰੂਵ ਕਰਨ ਦੀ ਜੋ ਕੋਸ਼ਿਸ਼ ਹੈ ਗੁਰੂ ਸਾਹਿਬ ਦੁਆਰਾ ਕਿੱਤੀ ਜਾਨ ਲੱਗੀ ਬਾਬਰ ਵਾਸ ਸਕਸੀਡਡ ਬਾਇਸ ਐਲਡਰਸਨ ਹਮਾਇਉ ਇਨ 1530 ਜਿਵੇਂ ਮੈਂ ਦੱਸਿਆ ਤੁਹਾਨੂੰ 1540 ਤੱਕ ਇਹ ਰਿਹਾ ਹਮਾਇਉ ਵਾਸ ਏਬਲ ਟੂ ਰੀਕੈਪਚਰ ਹਿਸ ਅੰਪਾਇਰ ਹਾਲਾਂਕਿ ਦੋਸਤੋ 15 ਸਾਲ ਬਾਅਦ ਹਮਾਇਉ ਨੇ 1555 ਹੁੰਦੇ ਹੁੰਦੇ ਕਈ ਸਾਰੇ ਇਲਾਕੇ ਜੋ ਹਾਰੇ ਸੀ ਉਹਨਾਂ ਨੂੰ ਵਾਪਸ ਜਿੱਤ ਲੈ ਜਿਨ੍ਹਾਂ ਵਿੱਚੋਂ ਪੰਜਾਬ ਦੇ ਕਈ ਇਲਾਕੇ ਸੀ ਅਤੇ ਦੋਸਤੋ ਉਸਨੇ ਸਰਹੰਦ ਵਿਖੇ ਜਿਸ ਦਾ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਮੱਧ ਕਾਰਨ ਭਾਰ ਦੇ ਵਿੱਚ ਜੋ ਸਰਹੰਦ ਹੈ ਉਹ ਦਿੱਲੀ ਦੀ ਇੱਕ ਮੋਸਟ ਇੰਪੋਰਟੈਂਟ ਪੋਲਿਟੀਕਲ ਯੂਨਿਟ ਸੀ ਤਾਂ ਉਸਨੇ ਪ੍ਰਾਣਿਕ ਇਲਾਕੇ ਜਿੱਤ ਕੇ ਦੋਸਤੋ ਸਰਹੰਦ ਦਾ ਜੋ ਨਵਾਬ ਹੈ ਸਰਹੰਦ ਦਾ ਜੋ ਗਵਰਨਰ ਹੈ ਆਪਣੇ ਖਾਸਮ ਖਾਨ ਬੈਰਮ ਖਾਨ ਨੂੰ ਬਣਾ ਦਿੱਤਾ ਸੀ ਹੁਣ ਦੇਖੋ ਜੋ ਬੈਰਮ ਖਾਨ ਦੋਸਤੋ ਕੌਣ ਹੈ ਅਸੀਂ ਵੇਖਦੇ ਹਾਂ ਕੀ ਸੈਕੰਡ ਬੈਟਲ ਆ ਪਾਨੀਪਤ 1556 ਦੇ ਵਿੱਚ ਜਦੋਂ ਅਕਬਰ ਲੜਦਾ ਹੈ ਹੇਮੂ ਵਿਕਰਮਦਿੱਤਿਆ ਨਾਲ ਤਾਂ ਅਕਬਰ ਦੀ ਉਮਰ ਉਸ ਟਾਈਮ ਸਿਰਫ 14 ਸਾਲ ਹੁੰਦੀ ਹੈ ਤਾਂ ਇਹ ਉਹੀ ਬੈਰਮ ਖਾਨ ਹੈ ਦੋਸਤੋ ਜੋ ਕਿ ਲੀਡ ਕਰਦਾ ਹੈ ਸੈਕੰਡ ਬੈਟਲ ਆਫ ਪਾਣੀਪਤ ਨੂੰ ਅਤੇ ਦੂਜੀ ਬੈਟਲ ਆਫ ਪਾਣੀਪਤ ਜੇ ਮੁਗਲ ਜਿੱਦੇ ਨੇ ਉਹ ਬੈਰਮ ਖਾਨ ਕਰਕੇ ਹੀ ਜਿੱਦੇ ਨੇ ਤਾਂ ਇਹ ਕਹਿ ਸਕਦੇ ਹਾਂ ਕਿ ਅਕਬਰ ਦੇ ਸ਼ਰਮਤੀ ਕਈ ਸਾਲਾਂ ਤੱਕ ਬੈਰਮ ਖਾਨ ਦੀ ਜੋ ਪੋਜੀਸ਼ਨ ਸੀ ਉਸ ਦੀ ਹਕੂਮਤ ਦੇ ਵਿੱਚ ਬਹੁਤ ਹੀ ਜ਼ਿਆਦਾ ਜੋ ਹੈ ਇੰਪੋਰਟੈਂਸੀ ਬਹੁਤ ਹੀ ਸਟਰੋਂਗ ਜੋ ਹੈ ਉਸ ਦੀ ਪੋਜੀਸ਼ਨ ਸੀ ਗਾਜ਼ੀ ਬਾਬਾ ਵੀ ਉਹਨਾਂ ਨੂੰ ਜੇ ਕਿਹਾ ਜਾਂਦਾ ਸੀ ਡੂਰਿੰਗ ਦਾ ਪੀਰੀਅਡ ਆਫ ਮਾਈਉ ਐਂਡ ਸ਼ੇਰ ਸ਼ਾ ਸੂਰੀ ਸਿੱਖੀਜ਼ਮ ਵਰ ਫਰਦਰ ਡਿਵੈਲਪਡ ਬਾਈ ਗੁਰੂ ਅੰਗਦ ਦੇਵ ਜੀ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਦੋਸਤੋ ਸਿੱਖੀਜ਼ਮ ਦੇ ਦਾ ਜੋ ਹੈ ਜੋ ਸਿੱਖ ਧਰਮ ਦਾ ਕਾਫੀ ਡਿਵੈਲਪਮੈਂਟ ਹੁੰਦੀ ਰਹੀ ਅਕਬਰ ਦੇ ਟਾਈਮ ਪੀਰੀਅਡ ਤੇ ਜੋ ਹੈ ਕਾਫੀ ਸੈਕੂਲਰ ਇੱਕ ਸਾਨੂੰ ਮਾਹੌਲ ਦੇਖਣ ਨੂੰ ਮਿਲਦਾ ਹੈ ਇਵਨ ਅਕਬਰ ਦਾ ਜੋ ਤਾਜਪੋਸ਼ੀ ਹੈ ਉਹ ਵੀ ਕਿਉਂਕਿ ਪੰਜਾਬ ਦੇ ਵਿੱਚ ਹੀ ਹੋਈ ਹੁੰਦੀ ਹੈ ਦੋਸਤੋ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਜਦੋਂ ਅਕਬਰ ਵੱਡਾ ਬਾਦਸ਼ਾਹ ਬਣ ਗਿਆ ਤਾਂ ਬਾਅਦ ਦੇ ਵਿੱਚ ਅੰਮ੍ਰਿਤਸਰ ਵਾਲੀ ਜੋ ਥਾਂ ਹੈ ਅੱਜ ਜਿੱਥੇ ਸ੍ਰੀ ਅੰਮ੍ਰਿਤਸਰ ਸ਼ਹਿਰ ਹੈ ਇਸ ਜਗ੍ਹਾ ਨੂੰ ਵੀ ਅੰਮ੍ਰਿਤਸਰ ਨੇ ਤੀਜੇ ਗੁਰੂ ਦਾਸ ਗੁਰੂ ਅਮਰਦਾਸ ਜੀ ਦੀ ਵੱਡੀ ਧੀ ਬੀਬੀ ਭਾਨੀ ਜੀ ਨੂੰ ਜੋ ਹੈ ਡੋਨੇਟ দান ਦੇ ਤੌਰ ਦੇ ਵਿੱਚ ਦੇ ਦਿੱਤੀ ਜਿੱਥੇ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਭਾਈ ਜੇਠਾ ਜੀ ਜੋ ਗੁਰੂ ਰਾਮਦਾਸ ਜੀ ਬੰਦੇ ਨੇ ਚੌਥੇ ਗੁਰੂ ਸਾਹਿਬ ਬੰਦੇ ਨੇ ਉਹਨਾਂ ਨੂੰ ਜੋ ਹੈ ਇਸ ਨੂੰ ਅੰਮ੍ਰਿਤਸਰ ਸ਼ਹਿਰ ਜਾਂ ਰਾਮਦਾਸਪੁਰਾ ਜੋ ਹੈ ਇਹ ਸ਼ਹਿਰ ਵਸਾਇਆ ਉਸ ਨਾਲ ਕਾਫੀ ਚੰਗੇ ਰਿਲੇਸ਼ਨ ਰਹੇ ਲੇਕਿਨ ਬਾਅਦ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਗੁਰੂ 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 ਅਰਜਨ ਦੇਵ ਜੀ ਦੇ ਟਾਈਮ ਪੀਰੀਅਡ ਤੱਕ ਇਹ ਰਿਲੇਸ਼ਨ ਜਿਆਦਾ ਬੈਟਰ ਨਹੀਂ ਰਹਿੰਦੇ ਕਿਉਂਕਿ ਜੋ ਜਾਗੀਰ ਹੈ ਇਤਨਾ ਕਿਤੇ ਜਹਾਂਗੀਰ ਨੂੰ ਜੋ ਅਕਬਰ ਦਾ ਲੜਕਾ ਹੈ ਉਹ ਉਸ ਨੂੰ ਕਿਤਨਾ ਕਿਤੇ ਸ਼ੱਕ ਹੁੰਦਾ ਹੈ ਕਿਉਂਕਿ ਉਸ ਦਾ ਜੋ ਲੜਕਾ ਹੈ ਦੋਸਤੋ ਜਿਸ ਦਾ ਨਾਮ ਖੁਸਰੋ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਜੋ ਖੁਸਰੋ ਜੋ ਕਿ ਸਿਰਫ ਬਲੇਸਿੰਗਸ ਜੋ ਕਿ ਸਿਰਫ ਆਪਣਾ ਮੱਥਾ ਟੇਕਣ ਲਈ ਗੁਰੂ ਅਰਜਨ ਦੇਵ ਜੀ ਕੋਲ ਆਉਂਦਾ ਹੈ ਤਾਂ ਇਹ ਗਲਤਫਹਿਮੀ ਕਿ ਸ਼ਾਇਦ ਗੁਰੂ ਅਰਜਨ ਦੇਵ ਜੀ ਆਪਣੇ ਵਿਦਰੋਹੀ ਜੋ ਜੋ ਵਿਦਰੋਹੀ ਲੜਕਾ ਹੈ ਜਹਾਂਗੀਰ ਦਾ ਹਾਂ ਦੋਸਤੋ ਖੁਸ਼ ਰਹੋ ਉਸ ਨੂੰ ਪਨਾਹ ਦੇ ਰਹੇ ਨੇ ਉਸ ਨੂੰ ਬlesing ਦੇ ਰਹੇ ਨੇ ਉਸ ਨੂੰ ਸਪੋਰਟ ਕਰ ਰਹੇ ਨੇ ਇਸ ਕਰਕੇ ਅਸੀਂ ਦੇਖਦੇ ਹਾਂ ਕਿ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਇੱਥੋਂ ਜੋ ਰਿਲੇਸ਼ਨ ਹੈ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੋ 6ਵੇਂ ਗੁਰੂ ਹਰਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਵੀ ਜੋ ਕਾਫੀ ਆਪਣੀ ਜੋ ਲਾਈਫ ਦਾ ਜੋ ਹਿੱਸਾ ਹੈ ਉਹ ਇਹਨਾਂ ਜੰਗਾਂ ਦੇ ਵਿੱਚ ਜੋ ਹੈ ਇਨਵੋਲਵ ਰਹਿੰਦੇ ਨੇ ਦੋਸਤੋ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਨੇ ਗਵਾਲੀਅਰ ਦੀ ਜੇਲ੍ਹ ਕਈ ਸਾਰੇ ਰਾਜੇ ਮਹਾਰਾਜਿਆਂ ਨਾਲ ਕੱਟੀ ਤਾਂ ਉਸ ਜੇਲ੍ਹ ਤੋਂ ਜਦੋਂ ਉਹ ਵਾਪਸ ਆਈ ਸੀ ਕਈ ਸਾਰੇ ਪਹਾੜੀ ਰਾਜਿਆਂ ਨੂੰ ਛਡਾ ਕੇ ਤਾਂ ਉਸੇ ਨੂੰ ਅੱਜ ਅਸੀਂ ਜੋ ਹੈ 1611 ਦੇ ਵਿੱਚ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਹੈ ਸੈਲੀਬ੍ਰੇਟ ਵੀ ਕਰਦੇ ਹਾਂ ਤਾਂ ਇਹ ਸਾਰੀਆਂ ਜੋ ਇਨਫੋਰਮੇਸ਼ਨਾਂ ਜੋ ਮੈਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਇਸ ਦੇ ਵਿੱਚ ਇਨਵੋਲਵ ਨੇ ਜੀ ਉਸ ਤੋਂ ਬਾਅਦ ਅਸੀਂ ਜੋ ਜਹਾਂਗੀਰ ਦੀ ਗੱਲ ਕਰ ਲਈ ਦੋਸਤੋ ਖੁਸਰੋ ਦੀ ਗੱਲ ਕਰ ਲਈ ਉਸ ਤੋਂ ਬਾਅਦ ਅਸੀਂ ਸੱਤਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਸਤਵੇਂ ਗੁਰੂ ਗੁਰੂ ਹਰਾਈ ਜੀ ਦੀ ਗੱਲ ਕਰੀਏ ਤਾਂ ਗੁਰੂ ਹਰਾਈ ਜੀ ਨੇ ਵੀ ਜੋ ਹੈ ਦੋਸਤੋ ਜੋ ਹੈ ਉਹਨਾਂ ਦੇ ਟਾਈਮ ਪੀਰੀਅਡ ਤੇ ਵੀ ਅਸੀਂ ਦੇਖਦੇ ਹਾਂ 1644 ਤੋਂ ਲੈ ਕੇ 1961 ਤੱਕ ਜੋ ਹੈ ਕਈ ਸਾਰੀਆਂ ਡਿਵੈਲਪਮੈਂਟ ਹੋਈਆਂ ਅਤੇ ਉਸ ਤੋਂ ਬਾਅਦ ਜਦੋਂ ਸਿਰਫ ਤਿੰਨ ਸਾਲ ਲਈ ਸਭ ਤੋਂ ਛੋਟੀ ਉਮਰ ਦੇ ਵਿੱਚ ਜੋ ਗੁਰੂ ਸਾਹਿਬ ਬਣੇ ਗੁਰੂ ਹਰਕ੍ਰਿਸ਼ਨ ਜੀ ਤਾਂ ਗੁਰੂ ਹਰਕ੍ਰਿਸ਼ਨ ਜੀ ਵੀ ਜੋ ਦੋਸਤੋ ਜੋ ਜੋ ਸ਼ਾਹ ਜਹਾਂਦਾ ਸਭ ਤੋਂ ਵੱਡਾ ਲੜਕਾ ਸੀ ਹਾਂਜੀ ਇੱਥੇ जिसका नाम से दारा शिको हाँ जी उस बारे आप गल करा हाँ जी ता गुरु गुरु हर राय जी तो जो जो सी गुरु हर कृष्ण जी की गल कर रहे जो दारा शिको हैंगजेब दा, दा दा तो दोस्तों जो सतवें गुरु गुरु हर राय जी ने ਉਨ੍ਹਾਂ ਤੋਂ ਜੋ ਬਲੇਸਿੰਗਸ ਲੈਂਡ ਲਈ ਆਇਆ ਦਾਰਾਸ਼ਿਕੋ ਹੋਣੇ ਜੋ ਦਾਰਾਸ਼ਿਕੋ ਹੈ ਦੋਸਤੋ ਇਹ ਜੋ ਹੈ ਸਭ ਤੋਂ ਵੱਡਾ ਲੜਕਾ ਹੈ ਸ਼ਾਹਜਹਾਂ ਦਾ ਯਾਰ ਤੁਸੀਂ ਇਹ ਕਹਿ ਲਵੋ ਔਰੰਗਜ਼ੇਬ ਦਾ ਵੱਡਾ ਭਰਾ ਹੈ ਤਾਂ ਜਿਵੇਂ ਉੱਥੇ ਜੋ ਮਿਸ ਅੰਡਰਸਟੈਂਡਿੰਗ ਕਹੋ ਜਹਾਗੀਰ ਨੂੰ ਹੋਈ ਜੋ ਜਦੋਂ ਗੁਰੂ ਅਰਜਨ ਦੇਵ ਜੀ ਕੋਲ ਬਲੇਸਿੰਗਸ ਲੈਣ ਆਇਆ ਖੁਸਰੋ ਉਸੇ ਤਰੀਕੇ ਦੀ ਮਿਸ ਅੰਡਰਸਟੈਂਡਿੰਗ ਔਰੰਗਜ਼ੇਬ ਨੂੰ ਹੋਈ ਜਦੋਂ ਉਸ ਦਾ ਵੱਡਾ ਭਰਾ ਜੋ ਹੈ ਗੁਰੂ ਹਰ Rai ਜੀ ਕੋਲ ਬਲੇਸਿੰਗਸ ਲੈਣ ਆਇਆ ਤਾਂ ਅਸੀਂ ਵੇਖਦੇ ਹਾਂ ਕਿ ਜੋ ਰਿਲੇਸ਼ਨਸ ਨੇ ਜੋ ਹੈ ਦੋਸਤੋ ਬੈਟਰ ਨਹੀਂ ਹੁੰਦੇ ਉਸ ਤੋਂ ਬਾਅਦ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਟਾਈਮ ਪੀਰੀਅਡ ਦੇਖਦੇ ਹਾਂ ਜਦੋਂ ਕਸ਼ਮੀਰੀ ਪੰਡਤਾਂ ਦੇ ਖਾਤਰ ਉਹਨਾਂ ਦੇ ਕਨਵ ਦੇ ਵਿੱਚ ਧੋਖੇ ਨਾਲ ਉਹਨਾਂ ਨੂੰ ਦੋਸਤੋ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਹੈ ਉਹਨਾਂ ਨੇ ਵੀ ਆਪਣੀ ਜੋ ਜ਼ਿੰਦਗੀ ਹੈ ਉਹ ਵੀ ਕੌਮ ਦੇ ਜਾਂ ਜੋ ਹੈ ਸਿੱਖ ਧਰਮ ਦੀ ਜੋ ਹਿਊਮੈਨਿਟੀ ਦੇ ਫੇਵਰ ਦੇ ਵਿੱਚ ਆਪਣੀ ਪੂਰੀ ਫੈਮਲੀ ਜੋ ਨੇ ਛਾਵਰ ਕਰ ਦਿੱਤੀ ਬਲੀਦਾਨ ਦੇ ਦਿੱਤਾ ਤਾਂ ਉਹ ਜੋ ਟਸਲਸ ਨੇ ਉਹ ਵੀ ਮੁਗਲਾਂ ਨਾਲ ਉਹਨਾਂ ਦੀ ਜ਼ਿੰਦਗੀ ਦੇ ਅਖੀਰ ਤੱਕ ਰਹਿੰਦੇ ਨੇ ਕਿਉਂਕਿ ਅਸੀਂ ਵੇਖਦੇ ਹਾਂ ਖਾਲਸਾ ਫੰਦ ਦੀ ਸਾਜਨਾ ਜੋ 1699 ਦੇ ਵਿੱਚ ਕੀਤੀ ਉਸ ਤੋਂ ਬਾਅਦ ਦੋਸਤੋ ਚਾਹੇ ਅਨੰਦਪੁਰ ਸਾਹਿਬ ਦੀ ਜੰਗ ਹੋਵੇ ਚਾਹੇ ਖਿਦਰਾਣੀ ਦੀ ਜੰਗ ਹੋਵੇ ਚਾਹੇ ਚਮਕੌਰ ਦੀ ਗੜੀ ਹੋਵੇ ਰਵਨ ਚਮਕੌਰ ਦੀ ਗੜੀ ਦੇ ਵਿੱਚ ਤਾਂ ਗੁਰੂ ਸਾਹਿਬ ਦੇ ਵੱਡੇ ਦੋਨੋਂ ਲੜਕੇ ਸਹਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਸ਼ਹਾਦਤ ਹੋਈ ਅਤੇ ਦੋਸਤੋ ਜੋ ਵਜ਼ੀਰ ਖਾਨ ਹੈ ਉਸ ਟਾਈਮ ਪੀਰੀਅਡ ਜੋ ਸਰਹੰਦ ਦਾ ਜੋ ਨਵਾਬ ਹੈ ਉਸ ਨੇ ਉਹਨਾਂ ਦੇ ਛੋਟੇ ਸਹਬਜ਼ਾਦਿਆਂ ਨੂੰ ਜੋ ਹੈ ਉਹ ਕੰਧਾਂ ਦੇ ਵਿੱਚ ਚੜਵਾ ਦਿੱਤਾ ਤਾਂ ਅਸੀਂ ਵੇਖਦੇ ਹਾਂ ਕਿ ਅਕਬਰ ਤੋਂ ਬਾਅਦ ਕਿਸੇ ਵੀ ਗੁਰੂ ਸਾਹਿਬ ਜੀਦੇ ਟਾਈਮ ਪੀਰੀਅਡ ਤੇ ਇਹ ਜੋ ਸਬੰਧ ਨੇ ਮੁਗਲਜ਼ ਨਾਲੇ ਚੰਗੇ ਨਹੀਂ ਹੋ ਪਉਂਦੇ ਜਿਸ ਕਰਕੇ ਪੰਜਾਬ ਦੇ ਵਿੱਚ ਇੱਕ ਜੰਗਾਂ ਦਾ ਸਿਲਸਲਾ ਜੋ ਹੈ ਲਗਾਤਾਰ ਜੋ ਹੈ ਬਣਿਆ ਰਹਿੰਦਾ ਹੈ ਤਾਂ ਚੰਦਨੀ ਚੌਂਗ ਦੇ ਵਿੱਚ 11 ਨਵੰਬਰ 1775 ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਫਿਰ ਅਸੀਂ ਗੱਲ ਕੀਤੀ ਖਾਲਸਾ ਦੀ ਕ੍ਰिएशन ਦੀ ਜੋ ਅਨੰਦਪੁਰ ਸਾਹਿਬ ਦੇ ਵਿੱਚ ਹੋਈ ਅਤੇ ਫਿਰ ਅਸੀਂ ਦੋਸਤੋ ਜੋ ਸਾਹਿਬ ਜਦਾ ਅਜੀਤ ਸਿੰਘ ਸਾਹਿਬ ਜਦਾ ਜਹਾਰ ਸਿੰਘ ਅਤੇ ਜੋ ਸਾਹਿਬ ਜਦਾ ਫਤਿਹ ਸਿੰਘ ਤੇ ਜ਼ਰਾਵਰ ਸਿੰਘ ਨੂੰ ਜੋ ਹੈ ਕੰਧਾਂ ਦੇ ਵਿੱਚ ਸਰਹੰਦ ਦੇ ਵਿੱਚ ਛਾਣਾ ਦਿੱਤਾ ਸੀ ਹਾਲਾਂਕਿ ਬਾਅਦ ਦੇ ਵਿੱਚ ਦੇਖਦੇ ਆ ਕਿ ਜਦੋਂ ਦਸਵੇਂ ਗੁਰੂ ਸਾਹਿਬ ਦਾ ਦੋਸਤੋ ਉੱਥੇ ਅਕਾਲ ਚਲਾਣਾ ਹੋ ਜਾਂਦਾ ਹੈ ਜੋਤੀ ਜੋਤ ਸਮਾ ਜਾਂਦੇ ਨੇ ਮਹਾਰਾਸ਼ਟਰ ਦੇ ਪਿਛਲੇ ਅੰਢੇਡ ਦੇ ਵਿੱਚ ਤਾਂ ਉਹ ਦੋਸਤੋ ਜੋ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਪੰਜਾਬ ਦੇ ਵਿੱਚ ਤਾਂ ਇਹ ਜੋ 1708 9 10 11 ਦਾ ਟਾਈਮ ਪੀਰੀਅਡ ਹੈ ਤਾਂ ਇਸ ਟਾਈਮ ਪੀਰੀਅਡ ਤੇ ਕਈ ਸਾਰੀਆਂ ਜੰਗਾਂ ਬਾਬਾ ਬੰਦਾ ਸਿੰਘ ਬਹਾਦਰ ਲੜਦੇ ਨੇ ਜਿਹਦੇ ਵਿੱਚੋਂ ਖਾਸ ਤੌਰ ਤੇ ਦੋਸਤੋ ਚਾਹੋ ਸਮਾਣੀ ਦੀ ਜੰਗ ਹੋਵੇ ਕਿਉਂਕਿ ਸਮਾਣੀ ਨੂੰ ਅਸੀਂ ਸਰਦਾਰਾਂ ਦੀ ਧਰਤੀ ਕਹਿੰਦੇ ਆ ਕਈ ਸਾਰੇ ਜਲਾਦ ਉੱਥੇ ਪੈਦਾ ਹੋਏ ਸੀ ਉਹੀ ਜਲਾਦ ਜਿਸਨੇ ਛੋਟੇ ਸਾਹੂ ਜਦਿਆਂ ਨੂੰ ਚਾਹੋ ਨੀਹਾਂ ਵਿੱਚ ਚੁਣਿਆ ਹੋਵੇ ਸੋਸ਼ਲ ਬੇਗ ਵਾਸ਼ਲ ਬੇਗ ਜਾਂ ਫਿਰ ਚਾਂਦਨੀ ਚੌਂਗ ਦੇ ਵਿੱਚ ਗੁਰੂ ਸਾਹਿਬ ਨੂੰ ਜੋ ਹੈ ਦੋਸਤੋ ਜਿਸਨੇ ਜੋ ਹੈ ਉਹਨਾਂ ਦਾ ਜੋ ਸਰ ਅਲਾਕੀਤਾ ਹੋਵੇ ਤਾਂ ਉਹ ਸਾਰੇ ਜਲਾਦ ਇੱਥੇ ਰਹਿੰਦੇ ਸੀ ਜਿਸ ਕਰਕੇ ਇੱਥੇ ਜੋ ਹੈ ਜੋ ਕਈ ਸਾਰੇ ਜਲਾਦਾਂ ਨੂੰ ਉਹ ਆਪ ਬੰਦਾ ਸਿੰਘ ਬਹਾਦਰ ਨੇ ਮਾਰ ਦਿੱਤਾ ਉਸ ਤੋਂ ਬਾਅਦ ਚਾ ਚੱਪਰਚਿੜੀ ਦੀ ਲੜਾਈ 1710 ਦੇ ਵਿੱਚ ਹੋਈ ਜਿਸ ਦੇ ਵਿੱਚ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਹਰਾ ਦਿੱਤਾ 1710 11 ਤੱਕ ਜੋ ਹੈ ਅਸੀਂ ਦੇਖਦੇ ਹਾਂ ਰਿਲੇਸ਼ਨਸ ਬੈਟਰ ਨਹੀਂ ਹੁੰਦੇ ਅਤੇ ਇਸ ਟਾਈਮ ਪੀਰੀਅਡ ਤੱਕ ਅਸੀਂ ਦੇਖਦੇ ਹਾਂ ਕਿ ਜੋ ਮੁਗਲਸ ਦੀ ਜੋ ਪਾਵਰ ਹੈ ਹੁਣ ਉਹ ਨਹੀਂ ਰਹੀ ਜੋ ਕਿਸੇ ਟਾਈਮ ਪੀਰੀਅਡ ਤੇ ਅਕਬਰ ਜਾਂ ਔਰੰਗਜ਼ੇਬ ਜਾਂ ਸ਼ਾਹਜਹਾਂ ਜਹਾਂਗੀਰ ਦੇ ਟਾਈਮ ਪੀਰੀਅਡ ਤੇ ਆਕਰਦੀ ਸੀ ਤਾਂ 1707 ਦੇ ਵਿੱਚ ਜਦੋਂ ਔਰੰਗਜ਼ੇਬ ਮਰਦਾ ਹੈ ਤਾਂ ਉਸ ਤੋਂ ਬਾਅਦ ਇਹ ਜੋ ਦੋਸਤੋ ਉਹਨਾਂ ਦੀ ਜੋ ਪਾਵਰ ਹੈ ਜੋ ਸਟਰੋਂਗ ਇੱਕ ਅੰਪਾਇਰ ਹੋਇਆ ਕਰਦਾ ਸੀ ਮੁਗਲਸ ਦਾ ਤਾਂ ਉਹ ਆਈਸਤਾ ਆਈਸਤਾ ਜੋ ਹੈ ਖਤਮ ਹੋਣਾ ਸ਼ੁਰੂ ਹੋ ਗਿਆ ਸੀ ਤਾਂ ਔਰੰਗਜ਼ੇਬ ਆਸ ਸਕਸੀਡਡ ਬਾਈ ਵੀਕ ਰੂਲਰਸ ਜਿਵੇਂ ਕਿ ਉਸ ਤੋਂ ਬਾਅਦ ਭਾਦਰ ਸ਼ਾਹ ਵਨ ਆਇਆ ਫਾਰੂਖਸ਼ਾਹ ਆਇਆ ਮੁਹੰਮਦ ਸ਼ਾਹ ਆਇਆ ਲੇਕਿਨ ਦੋਸਤੋ ਕੋਈ ਵੀ ਉਸ ਜੋ ਹੈ ਲਿਮਟ ਤੱਕ ਜਾਂ ਕਹਿੰਦੇ ਉਹ ਉਸ ਸ਼ੌਹਰਤ ਤੱਕ ਨਹੀਂ ਪਹੁੰਚ ਸਕਿਆ ਜਿੱਥੋਂ ਤੱਕ ਜੋ ਹੈ ਅਸੀਂ ਬਾਕੀ ਮੁਗਲ ਸੁਲਤਾਨ ਮੁਗਲ ਜੋ ਰਾਜਾ ਮਨੂੰ ਦੇਖਣ ਨੂੰ ਮਿਲਦੇ ਨੇ ਤਾਂ ਦੋਸਤੋ ਇਹ ਜੋ ਹੈ ਜਲਾ ਦੂਜਾ ਚੈਪਟਰ ਸੀ ਹੁਣ ਇਸ ਤੋਂ ਬਾਅਦ ਅਸੀਂ ਵੇਖਾਂਗੇ ਕਿਉਂਕਿ ਅਸੀਂ ਮੱਧਕਾਲੀਨ ਭਾਰਤ ਪੜ੍ਹ ਰਹੇ ਹਾਂ ਕਿਉਂਕਿ ਮੁਗਲ ਦਾ ਚੈਪਟਰ ਕੰਪਲੀਟ ਹੋ ਗਿਆ ਕਿਉਂਕਿ ਅਸੀਂ ਪੰਜਾਬ ਨਾਲ ਰਿਲੇਟਡ ਹੀ ਚੀਜ਼ਾਂ ਪੜ੍ਹ ਰਹੇ ਹਾਂ ਕਿਉਂਕਿ ਅਸੀਂ ਮੱਧਕਾਲੀਨ ਭਾਰਤ ਨਹੀਂ ਪੜ੍ਹ ਰਹੇ ਅਸੀਂ ਪੰਜਾਬ ਦਾ ਮੱਧਕਾਲੀਨ ਭਾਰਤ ਪੜ੍ਹ ਰਹੇ ਹਾਂ ਜਿੱਥੇ ਅਸੀਂ ਬਠਿੰਡੇ ਬਾਰੇ ਲਾਹੌਰ ਬਾਰੇ ਜਿੱਥੇ ਅਸੀਂ ਅੰਮ੍ਰਿਤਸਰ ਬਾਰੇ ਜਿੱਥੇ ਅਸੀਂ ਸਰਹੰਦ ਬਾਰੇ ਸਮਾਣੇ ਬਾਰੇ ਅਸੀਂ ਜੋ ਹੈ ਕਾਫੀ ਸਾਰੀਆਂ ਚੀਜ਼ਾਂ ਪੜ੍ਹੀਆਂ ਅੰਮ੍ਰਿਤਸਰ ਬਾਰੇ ਪੜਿਆ ਤਾਂ ਹੁਣ ਅਸੀਂ ਉਸੇ ਟਾਈਮ ਪੀਰੀਅਡ ਤੇ ਜੋ ਦੋਸਤੋਂ ਇੱਕ ਲਹਿਰ ਸਮਾਜਿਕ ਸੁਧਾਰ ਦੀ ਲਹਿਰ ਜ ਜਿਹਨੂੰ ਤੁਹਾਨੂੰ ਪਸੰਦ ਆਇਆ ਹੋਵੇਗਾ ਦੋਸਤੋ ਨਾਲ ਹੀ ਨਾਲ ਬਾਕੀ ਪਹਿਲੇ 12 ਚੈਪਟਰ ਤੁਹਾਨੂੰ ਕਿਵੇਂ ਲੱਗੇ ਜੇ ਤੁਸੀਂ ਨਹੀਂ ਵੇਖੇ ਉਹਨਾਂ ਨੂੰ ਜ਼ਰੂਰ ਦੇਖੋ ਨਾਲ ਹੀ ਨਾਲ ਜੇ ਸੈਸ਼ਨ ਚੰਗਾ ਲੱਗੇ ਤਾਂ ਇਹਨੂੰ ਸ਼ੇਅਰ ਲਾਈਕ ਵੀ ਜ਼ਰੂਰ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ